ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਤਿਆਰੀ ਅਧੀਨ 5ਵੀਂ ਜਮਾਤ ਦੀ ਟੈਕਸਟ ਬੁੱਕ ਸ਼ੁਰੂ ਕੀਤੀ ਸੀ। ਉਹਦੇ ਵਿੱਚ ਬੇਟਾ ਦੋ ਅਭਿਆਸ ਸ਼ੁਰੂ ਚੱਲਦਾ ਪਿਆ ਸੀ ਆਪਣਾ, ਹੁਣ 2.1 ਦੇ ਉੱਤੇ ਆ ਗਏ। ਤਾਂ ਧਿਆਨ ਦੇ ਨਾਲ ਦੇਖੋ ਬੇਟਾ, ਆਹ ਸੌਖੇ ਸੌਖੇ ਸਵਾਲ ਹੈਗੇ ਆ। ਤਾਂ ਕਹਿੰਦਾ 6574 ਜਮ੍ਹਾਂ 5502, ਆਪਾਂ ਇਹਨੂੰ ਜਮ੍ਹਾਂ ਕਰਨਾ ਹੈ। ਤਾਂ ਬੇਟਾ ਇਸੇ ਤਰ੍ਹਾਂ ਹੀ 6574 ਜਮ੍ਹਾਂ 5502, ਠੀਕ ਹੈ ਬੇਟਾ। ਇਹ ਕਿਹੜਾ ਏ ਭਾਗ ਹੈ ਇਹਦਾ, ਠੀਕ ਹੈ। 4 ਤੇ 2 6, 7 ਦੇ 7 5 ਤੇ 5 10, ਇੱਕ ਹੰਸਲ ਆ ਗਿਆ, ਇੱਕ ਹੰਸਲ ਇੱਥੇ, 1 ਤੇ 6 7 ਤੇ 5 12, ਉੱਤਰ ਕਿੰਨਾ ਆ ਗਿਆ, 3 ਵੱਧ ਕੌਮਾ 12076, ਠੀਕ ਹੈ ਬੇਟਾ। ਫਿਰ ਬੇਟਾ ਆਪਾਂ ਬੀ ਭਾਗ ਕਰਦੇ ਹਾਂ ਇਹਦਾ, ਬੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ, 56754 ਜਮ੍ਹਾਂ 25740, 56754 ਜਮ੍ਹਾਂ 25740, ਇਹ ਬੇਟਾ ਧਿਆਨ ਰੱਖਣਾ। 21 ਦੇ ਥੱਲੇ 21 ਵਾਲਾ ਹਿੱਸਾ ਹੀ ਆਉਣਾ ਚਾਹੀਦਾ। 4 ਦੇ 4 5 ਤੇ 4 9, 7 ਤੇ 7 14, ਇੱਕ ਹਾਂਸਲ ਇੱਥੇ ਚਲਾ ਜਾਊਗਾ ਬੇਟਾ। ਤਾਂ 6 ਤੇ 1 7 ਤੇ 5 12 ਦਾ ਦੂਆ ਆ ਗਿਆ, ਇੱਕ ਹਾਂਸਲ ਫੇਰ ਇੱਥੇ ਚਲਾ ਗਿਆ ਬੇਟਾ। 5 ਤੇ 1 ਤੇ 5 6 ਤੇ 2 8, ਇਹ ਆ ਗਿਆ ਬੇਟਾ 82494, ਠੀਕ ਹੈ ਬੇਟਾ। ਅੱਗੇ ਆ ਗਿਆ ਬੇਟਾ ਸੀ ਭਾਗ ਕਰਦੇ ਹਾਂ ਆਪਾਂ। ਸੀ ਭਾਗ ਆ ਜਿਹੜਾ ਉਹ ਘਟਾਓ ਦਾ ਆ, ਇਹ ਦੇਖੋ 8988 ਮਾਈਨਸ 2450, 8988 ਮਾਈਨਸ 2450, ਤਾਂ 8ਾਂ 'ਚੋਂ 0 ਗਏ 8 ਬਾਕੀ, 8ਾਂ 'ਚੋਂ 5 ਗਏ 3 ਬਾਕੀ ਆ ਗਏ ਬੇਟਾ, 9ਾਂ 'ਚੋਂ 4 ਗਏ 5 ਬਾਕੀ, 8ਾਂ 'ਚੋਂ 2 ਗਏ 6 ਬਾਕੀ, ਇਹ ਆ ਗਿਆ ਬੇਟਾ 6538। ਅਸੀਂ ਬੀ ਭਾਗ ਕਰਦੇ ਹਾਂ ਇਹਦਾ। ਬੀ ਭਾਗ ਦੇ ਵਿੱਚ ਬੇਟਾ ਕੀ ਕਹਿੰਦਾ ਪਿਆ, 5350 ਜਮ੍ਹਾਂ 4102, 5350 ਜਮ੍ਹਾਂ 4102, ਲਓ ਬੇਟਾ ਸੌਖਾ ਹੀ ਹੈ, ਜੋੜਦਾ ਸਵਾਲ ਹੈ। 2 ਦੇ 2 5 ਦੇ 5 3 ਤੇ 1 4, 5 ਤੇ 4 9, ਠੀਕ ਹੈ ਬੇਟਾ। ਤੇ ਇਹ ਬਣ ਗਿਆ 9452। ਅੱਗੇ ਬੇਟਾ ਡੀ ਭਾਗ ਕਰਦੇ ਹਾਂ, 25000 ਜਮ੍ਹਾਂ 11887, 25000 ਜਮ੍ਹਾਂ 11887, ਤਾਂ ਬੇਟਾ 7 ਦੇ 7 8 ਦੇ 8 8 ਦੇ 8 5 ਤੇ 1 6 2 ਤੇ 1 3, ਲਓ ਬੇਟਾ ਇਹ ਬਣ ਗਿਆ 36887, ਠੀਕ ਹੈ ਬੇਟਾ। ਹੁਣ ਆ ਗਿਆ ਐਫ ਭਾਗ ਕਰਦੇ ਹਾਂ ਬੇਟਾ ਆਪਾਂ। ਐਫ ਭਾਗ ਦੇ ਵਿੱਚ ਕੀ ਕਹਿੰਦਾ ਪਿਆ, 8990 ਮਾਈਨਸ 1034, 8990 ਮਾਈਨਸ 1034, ਠੀਕ ਹੈ ਬੇਟਾ। ਤਾਂ 10ਾਂ 'ਚੋਂ ਇੱਥੋਂ ਹੱਥ ਲਊਗਾ 10, 10ਾਂ 'ਚੋਂ 4 ਗਏ 6, ਇੱਥੇ 8 ਰਹਿ ਗਏ ਸੀ, 8ਾਂ 'ਚੋਂ 3 ਗਏ 5, ਆ 9ਾਂ 'ਚੋਂ 0 ਗਏ ਬੇਟਾ 9 ਆ ਗਏ,
ਅੱਠਾਂ 'ਚੋਂ ਇੱਕ ਗਏ ਸੱਤ। ਇਹ ਉੱਤਰ ਆ ਗਿਆ 7956। ਅਤੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਖਰੀ ਸਵਾਲ ਇਸੇ ਦਾ ਐਚ ਭਾਗ ਆ ਗਿਆ ਸਾਡੇ ਕੋਲ 56799 ਮਾਈਨਸ 1234। 56799 ਮਾਈਨਸ 1234। ਬੇਟਾ ਇਹ ਧਿਆਨ ਰੱਖਣਾ, 1234 ਇਕਾਈ ਥੱਲੇ ਇਕਾਈ ਦੀ ਰਕਮ, ਦਹਾਈ ਥੱਲੇ ਦਹਾਈ ਦੀ, ਸੈਂਕੜੇ ਥੱਲੇ ਸੈਂਕੜੇ ਦੀ ਰਕਮ। ਰਕਮਾਂ ਲਿਖਦੇ ਵੇਲੇ ਧਿਆਨ ਰੱਖਣਾ, 9 ਚੋਂ 4 ਗਏ 5 ਬੇਟਾ, 8 ਚੋਂ 3 ਗਏ 5, 7 ਚੋਂ 2 ਗਏ 5, 6 ਚੋਂ 1 ਗਿਆ 5, ਅਤੇ 5 ਦੇ 5 ਰਹਿ ਗਏ, ਕਿਉਂਕਿ ਇਹ ਘਟਾਓ ਦਾ ਸਵਾਲ ਹੈਗਾ। ਠੀਕ ਹੈ, ਤਾਂ ਇੱਥੇ ਕੁਛ ਨਹੀਂ ਤਾਂ ਅਸੀਂ 0 ਮੰਨ ਲੈਂਦੇ, 5 ਚੋਂ 0 ਗਏ 5 ਹੀ ਰਹਿ ਗਏ, ਤਾਂ ਇਹ ਤਿੰਨਾਂ ਬਾਅਦ ਕੌਮਾ 55555 ਉੱਤਰ ਆ ਗਿਆ। ਸੋ ਬੇਟਾ ਇਹ ਸੀਗਾ ਅਭਿਆਸ 2.1 ਦਾ ਸਵਾਲ ਨੰਬਰ 1। ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।